ਸਤਿ ਸ਼੍ਰੀ ਅਕਾਲ ਜੀ, ਕਿਵੇਂ ਸਾਰੇ? ਹੋਪ ਕਰਦੇ ਆ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ। ਸਾਡੀ ਅੱਜ ਦੀ ਲੋਕੇਸ਼ਨ ਜੀ 7th Heaven। 7th Heaven ਇੱਕ ਫਰੈਂਚਾਈਜ਼ੀ ਹੈ ਜੋ ਪਠਾਨਕੋਟ ਦੇ ਵਿੱਚ ਨਿਊਲੀ ਓਪਨ ਹੋਈ ਹੈ, 1.5-2 ਮਹੀਨੇ ਹੋਏ ਹੈ, ਜਿਹਦੀ 250+ ਬ੍ਰਾਂਚਿਸ ਹੈ। ਯਾਰ ਇੰਡੀਆ ਦੀ ਸਭ ਤੋਂ ਵੱਡੀ ਬ੍ਰਾਂਚ ਹੈ ਬੇਕਰੀ ਵਿੱਚ, ਸਭ ਤੋਂ ਵੱਡੀ ਬੇਕਰੀ ਆਊਟਲੈਟ ਵਿੱਚੋਂ ਇੱਕ ਵੀ ਸਭ ਤੋਂ ਵੱਡੀ ਬੇਕਰੀ ਆਊਟਲੈਟ ਕੋਈ ਹੈ ਇੰਡੀਆ ਦੀ। ਔਰ ਇਹਨਾਂ ਦਾ ਕਨਸੈਪਟ 7-ਮਿੰਟ ਲਾਈਵ ਕੇਕ, ਤੁਹਾਡੇ ਸਾਹਮਣੇ 7 ਮਿੰਟ ਦੇ ਵਿੱਚ ਜਿਹੜਾ ਕੇਕ ਆ ਉਹ ਬਣਾ ਦਿੱਤਾ ਜਾਏਗਾ। 100% ਪਿਓਰ ਵੈਜੀਟੇਰੀਅਨ ਬੇਕਰੀ ਹੈ। ਔਰ ਇਹਨਾਂ ਕੋਲ ਬਿਸਕਿਟਸ ਵਗੈਰਾ, ਪੌਪਕੋਰਨਸ ਵਗੈਰਾ, ਬਹੁਤ ਸਾਰੀਆਂ ਆਈਟਮ, ਇੰਡੀਅਨ ਚਾਈਨੀਜ਼ ਸਾਰਾ ਕੁਛ ਹੈ। ਕੈਫੇ ਔਰ ਬੇਕਰੀ ਦੋਨੋਂ ਇਹਨਾਂ ਕੋਲ, ਮਤਲਬ ਕਿ ਮਿਕਸਚਰ ਹੈਗਾ, ਬੜਾ ਵਧੀਆ ਕਨਸੈਪਟ ਹੈਗਾ। ਔਰ ਬੈਠਣ ਦੀ ਵੀ, ਸਿਟਿੰਗ ਸਪੇਸ ਦੀ ਗੱਲ ਕਰੀਏ, ਕੋਈ 25-30 ਜਾਣਿਆਂ ਦੀ ਬੈਠਣ ਦੀ ਸਿਟਿੰਗ ਸਪੇਸ ਅਵੇਲੇਬਲ ਹੈ। ਔਰ ਅਗਰ ਲੋਕੇਸ਼ਨ ਦੱਸਣ 'ਤੇ ਆਈਏ ਤੁਹਾਨੂੰ, ਅਤੇ ਡਲਹੌਜ਼ੀ ਰੋਡ 'ਤੇ ਜਿਹੜੀ ਹੈ ਇਹ ਬੇਕਰੀ ਹੈਗੀ ਹੈ। ਬਾਕੀ ਪੁਰਾਣੀ ਕਚਹਿਰੀ ਦੇ ਬਿਲਕੁਲ ਓਪੋਜ਼ਿਟ, ਪੁਰਾਣੀ ਕਚਹਿਰੀ ਦੇ ਓਪੋਜ਼ਿਟ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਜਿਹੜਾ ਉਹ ਮਿਲ ਜਾਏਗਾ। ਅਤੇ ਹੁਣ ਚੱਲਦੇ ਹਾਂ ਬੇਕਰੀ ਦੇ ਅੰਦਰ ਅਤੇ ਰਾਂਧੜੀ ਉਹਨਾਂ ਨਾਲ ਗੱਲਬਾਤ, ਨਾਲੇ ਦਿਖਾਉਂਦੇ ਤੁਹਾਨੂੰ ਵਧੀਆ ਵਧੀਆ ਫੂਡ। ਅਤੇ ਆ ਜਾਓ ਫਿਰ ਜੀ, ਸਾਡਾ ਡੈਥ ਬਾਏ ਚੋਕਲੇਟ ਸ਼ੇਕ। ਸਭ ਤੋਂ ਪਹਿਲੇ ਆ ਗਿਆ ਮਿਲਕ, ਮਿਲਕ ਪਾਤਾ, ਉਸ ਤੋਂ ਬਾਅਦ ਆ ਗਈ ਜੀ ਚੋਕਲੇਟ। ਗਾੜੀ ਦੇਖ ਸਕਦੇ ਤੁਸੀਂ ਕਿੰਨੀ ਚੋਕਲੇਟ ਹੈ। ਇੱਕ ਗਲਾਸ ਨੂੰ ਜਿਹੜਾ ਡੈਕੋਰੇਟ ਕੀਤਾ ਜਾ ਰਿਹਾ, ਤੁਸੀਂ ਦੇਖ ਸਕਦੇ ਹੋ ਚੋਕਲੇਟ ਜਿਹੜੀ ਹੈ ਉਹ ਲਗਾਈ ਜਾ ਰਹੀ ਹੈ। ਇਹ ਸਾਡਾ ਰੈੱਡ ਸੌਸ ਪਾਸਤਾ ਜੋ ਹੈ ਇਹ ਤਿਆਰ ਹੋ ਰਿਹਾ। ਪੈਨ ਨੂੰ ਕਲੀਨ ਕੀਤਾ ਜਾ ਰਿਹਾ ਸੋ ਦੈਟ ਕਿ ਪਾਣੀ ਨਾ ਵਿੱਚ ਰਹਿ ਜਾਏ। ਇਹ ਵੀ ਹੈਗੀ ਰਿਫਾਇੰਡ ਆਇਲ, ਪਹਿਲੇ ਆ ਗਿਆ ਜੀ ਰਿਫਾਇੰਡ ਆਇਲ, ਇਹ ਆ ਗਿਆ ਜੀ ਵਿੱਚ ਬਟਰ, ਗਾਰਲਿਕ, ਗਾਰਲਿਕ ਨੂੰ ਅੱਛੇ ਤਰੀਕੇ ਨਾਲ ਭੁੰਨਿਆ ਜਾ ਰਿਹਾ ਪਹਿਲੇ ਤੇ। ਇਹ ਆ ਗਈ ਵਿੱਚ ਕੈਪਸੀਕਮ ਔਰ ਅਨੀਅਨ, ਸਵੀਟ ਕੋਰਨ ਔਰ ਵੈਜੀਟੇਬਲਸ। ਹਲਕਾ ਜਿਹਾ ਪਾਣੀ ਆ ਗਿਆ ਔਰ ਇਹ ਆ ਗਈ ਇਹਨਾਂ ਦੀ ਰੈੱਡ ਸੌਸ, ਪਾਸਤਾ ਸੌਸ। ਪਾਸਤਾ ਸੌਸ ਇਹ ਖੁਦ ਹੀ ਬਣਾਈ ਦੀ, ਇਹ ਖੁਦ ਹੀ ਬਣਾਈ ਦੀ ਪਾਸਤਾ ਸੌਸ ਹੈ ਇਹਨਾਂ ਦੀ। ਇਹ ਆ ਗਈ ਜੀ ਸੀਜ਼ਨਿੰਗ, ਓਰੀਗਾਨੋ ਐਂਡ ਚਿਲੀ ਫਲੇਕਸ। ਜਿਹੜੀ ਵੀ ਇਟਾਲੀਅਨ ਡਿਸ਼ਿਜ਼ ਹੁੰਦੀਆਂ, ਪਾਸਤਾ ਹੋ ਗਿਆ, ਪਿੱਜ਼ਾ ਹੋ ਗਿਆ, ਵਿਦਆਊਟ ਸੀਜ਼ਨਿੰਗ ਤਾਂ ਇਨਕੰਪਲੀਟ ਹੁੰਦੀ ਹੈ। ਸੀਜ਼ਨਿੰਗ ਮੇਨ ਫਲੇਵਰ ਇਨਹਾਂਸਰ ਹੁੰਦਾ ਇਹਨਾਂ ਦਾ। ਇਹ ਆ ਗਿਆ ਜੀ ਨਮਕ ਵਗੈਰਾ, ਮਸਾਲੇ ਆ ਗਏ ਸਾਰੇ ਇਹਨਾਂ ਦੇ। ਇਹ ਆ ਗਿਆ ਸਪਾਇਰਲ ਪਾਸਤਾ ਯੂਜ਼ ਕਰ ਰਹੇ। ਔਰ ਐਂਡ ਵਿੱਚ ਆ ਗਿਆ ਗਾਰਨਿਸ਼ਿੰਗ ਦੇ ਲਈ ਹਰਾ ਧਨੀਆ। ਔਰ ਇਹ ਹੋ ਗਿਆ ਸਾਡਾ ਪਾਸਤਾ ਜੋ ਹੈ ਸਰਵ ਦੇ ਲਈ ਤਿਆਰ। ਅਸੀਂ ਪਹੁੰਚ ਚੁੱਕੇ ਹਾਂ ਜੀ 7th Heaven ਦੇ ਓਨਰ ਦੇ ਕੋਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਸਭ ਤੋਂ ਪਹਿਲੇ ਤੁਹਾਡਾ ਨਾਮ? ਸਰ ਮੇਰਾ ਨਾਮ ਗੌਤਮ ਤੁਲੀ ਹੈ। ਕਿੰਨਾ ਟਾਈਮ ਹੋ ਗਿਆ ਭਈਆ 7th Heaven ਨੂੰ ਤੁਹਾਨੂੰ ਪਠਾਨਕੋਟ ਦੇ ਵਿੱਚ ਓਪਨ ਕੀਤੇ ਜਾਣ? ਸਰ ਇਹ 2nd Month ਕੰਪਲੀਟ ਕਰ ਚੁੱਕੇ ਹਾਂ ਆਪਾਂ, 8th March ਨੂੰ। ਵੈਸੇ ਵੀ ਬਹੁਤ ਸਾਰੀ ਬੇਕਰੀਜ਼ ਹੈਗੀਆਂ ਵਾ ਇੱਥੇ ਵੀ ਬੜੀਆਂ, ਇਹ ਤਾਂ ਫਰੈਂਚਾਈਜ਼ੀ ਹੈ ਚਲੋ, ਮੋਰ ਦੈਨ 250 ਬ੍ਰਾਂਚਿਸ ਇਹਦੀਆਂ, ਹੈ ਨਾ? ਹਾਂਜੀ ਹਾਂਜੀ, ਜਿੱਦਾਂ ਕਿ ਮੈਨੂੰ ਪਤਾ ਲੱਗਿਆ। ਔਰ ਸਿਰਫ 7th Heaven ਹੀ ਕਿਉਂ?
ਸਰ ਕਿਉਂਕਿ ਇਹ ਬਾਕੀ ਬੇਕਰੀਆਂ ਨਾਲੋਂ ਅਲੱਗ ਹੈ। ਅੱਛਾ। ਇੱਕ ਤਾਂ ਇਹਦਾ ਕਨਸੈਪਟ ਹੈਗਾ ਆਪਾਂ ਲਾਈਫ ਕੇਕ ਬਣਾਈ ਦਾ 7 ਮਿੰਟ 'ਚ, ਜਿਹੜੇ ਸਾਡੇ ਬੇਸਿਕ ਕੇਕਸ ਹੈਗੇ ਆ। ਅੱਛਾ। ਆਪਾਂ ਮੈਕਸੀਮਮ 4 ਕਪੌਂਡ ਦਾ ਜਿਹੜਾ ਕੇਕ ਆਪਾਂ ਲਾਈਫ ਬਣਾ ਦਿੰਦੇ ਹਾਂ 7 ਮਿੰਟ ਦੇ ਵਿੱਚ ਵਿੱਚ, ਅਤੇ ਨਾਲੇ ਇਹ ਪਿਓਰ ਪਿਓਰ ਵੈਜ ਹੈਗਾ। ਅੱਛਾ, 100% ਵੈਜ। ਐਗਲੈਸ ਹੈ ਜਾਂ ਵਿਦਆਊਟ ਐਗ? ਨਹੀਂ ਨਹੀਂ, ਪਿਓਰ ਵਿਦਆਊਟ ਐਗ ਹੈ। ਵਿਦਆਊਟ ਐਗ ਹੈ, ਪਿਓਰ ਵੈਜ। ਮੈਨੂੰ ਹਮੇਸ਼ਾ ਨਾ ਇੱਕ ਚੀਜ਼ ਦਾ ਬੜਾ ਦਿਮਾਗ ਜਾਂਦਾ ਰਿਹਾ ਸੀ, ਜਦੋਂ ਵੀ ਕਿਸੇ ਬੇਕਰੀ 'ਚ ਜਾਈਦਾ ਨਾ, ਉਹ ਕਹਿੰਦੇ ਜੀ ਅਸੀਂ ਐਗ ਲੈਸ ਕੇਕ ਸਰਵ ਕਰਦੇ ਹਾਂ। ਐਗਲੈਸ ਦਾ ਮਤਲਬ ਤਾਂ ਯਾਰ ਘੱਟ ਅੰਡਾ ਹੁੰਦਾ। ਜਿਹਨੂੰ ਜਿਹਨੂੰ ਇਹ ਚੀਜ਼ ਦਾ ਡਾਊਟ ਹੁੰਦਾ ਮੈਨੂੰ ਕਮੈਂਟ ਕਰਕੇ ਇੱਕ ਵਾਰੀ ਜ਼ਰੂਰ ਦੱਸਣਾ। ਇਹ ਵਿਦਆਊਟ ਐਗ ਕੇਕ ਪ੍ਰੀਪੇਅਰ ਕਰ ਰਹੇ ਅਸੀਂ, ਪ੍ਰੈਪਰੇਸ਼ਨ ਵੀ ਦੇਖ ਚੁੱਕੇ। ਔਰ ਵੈਸੇ ਵੀ ਅਗਰ ਤੁਸੀਂ 4 ਪਾਊਂਡ ਤੱਕ ਦਾ ਕੋਈ ਵੀ ਬੇਸਿਕ ਕੇਕ ਬਣਵਾਉਂਦੇ ਹੋ ਤਾਂ ਤੁਹਾਡੇ ਸਾਹਮਣੇ ਪ੍ਰੈਪਰੇਸ਼ਨ ਹੈ, 7 ਮਿੰਟ ਦੇ ਵਿੱਚ ਵਿੱਚ ਫਰੈਸ਼ ਕੇਕ ਤੁਹਾਡੇ ਸਾਹਮਣੇ ਬਣ ਕੇ ਤਿਆਰ ਹੋ ਜਾਏਗਾ। ਯਾਨੀ ਕਿ ਤੁਸੀਂ ਦੇਖ ਸਕਦੇ ਹੋ ਯਾਰ ਕਿ ਕਿਹੜੀ ਚੀਜ਼ ਯੂਜ਼ ਕੀਤੀ ਹੈ, ਕਿਹੜੀ ਨਹੀਂ ਕੀਤੀ ਇਧਰੂ ਦੀ ਹੀ। ਇਸ ਤੋਂ ਬਾਅਦ ਪਿਓਰਿਟੀ ਦੇ, ਇਸ ਤੋਂ ਬਾਅਦ ਹਾਈਜੀਨ, ਤੁਹਾਨੂੰ ਕੀ ਹੀ ਔਫਰ ਕਰ ਸਕਦਾ ਕੋਈ? ਜਿੱਥੇ ਲਾਈਫ ਦਾ ਹੀ ਕਨਸੈਪਟ ਆ ਗਿਆ ਉੱਥੇ ਹਾਈਜੀਨ ਦੀ ਤਾਂ ਕੋਈ ਕੰਪਰੋਮਾਈਜ਼ ਹੈ ਹੀ ਨਹੀਂ ਹੈ। ਅੱਛਾ ਵੀ, ਓਪਨਿੰਗ ਅਤੇ ਕਲੋਜਿੰਗ ਟਾਈਮਿੰਗਸ ਕੀ ਹੈ ਆਪਣੀ? ਓਪਨਿੰਗ ਸਰ ਆਪਣੀ ਜਿੱਦਾਂ ਹੁਣ ਤਾਂ ਮੌਸਮ ਠੰਡਾ ਥੋੜ੍ਹਾ, ਹਜੇ ਤਾਂ 10:30 ਵਜੇ ਆਪਾਂ ਖੋਲ੍ਹੀ ਦੀ ਦੁਕਾਨ ਅਤੇ ਰਾਤੀ 9:30 ਤੱਕ। ਓਕੇ। ਬਾਕੀ ਹੁਣ ਜਿੱਦਾਂ ਮੌਸਮ ਚੇਂਜ ਹੋਏਗਾ ਅਤੇ ਫਿਰ ਆਪਾਂ 10 ਟਾਈਮ ਵੀ ਸਾਡਾ ਥੋੜ੍ਹਾ ਚੇਂਜ ਹੋ ਜਾਏਗਾ, ਫਿਰ 10:00 ਵਜੇ ਸਾਡੀ ਓਪਨਿੰਗ ਹੋਏਗੀ। ਠੀਕ ਹੈ। ਅਤੇ 10:30 ਆਪਾਂ ਕਰਾਂਗੇ ਬੰਦ। ਠੀਕ ਹੈ। ਔਰ ਜ਼ੋਮੈਟੋ ਸਵੀਗੀ 'ਤੇ ਅਵੇਲੇਬਲ ਹੋ? ਸਰ ਜ਼ੋਮੈਟੋ 'ਚ ਸਾਡਾ ਪ੍ਰੋਸੈਸਿੰਗ 'ਚ ਚੱਲਦਾ ਪਿਆ। ਠੀਕ ਹੈ। ਸਵੀਗੀ 'ਤੇ ਆਪਾਂ ਲਾਈਵ ਹੋ ਗਏ ਹਾਂ। ਸਵੀਗੀ 'ਤੇ ਲਾਈਵ ਹੋ ਚੁੱਕੇ ਹਾਂ। ਯਾਨੀ ਕਿ ਅਗਰ ਤੁਸੀਂ ਔਨਲਾਈਨ ਵੀ ਔਡਰ ਕਰਨਾ ਚਾਹੁੰਦੇ ਹੋ ਤਾਂ ਸਵੀਗੀ 'ਤੇ ਅਵੇਲੇਬਲ ਹੈਗੀ ਹੈ, ਜ਼ੋਮੈਟੋ 'ਤੇ ਵੀ 4-5 ਦਿਨ ਤੱਕ ਆ ਜਾਣਗੇ। ਤੁਸੀਂ ਔਨਲਾਈਨ ਵੀ ਔਡਰ ਕਰਕੇ ਜਿਹੜੀ ਆਪਣੀ ਫੂਡ ਆਈਟਮਸ ਆ ਉਹ ਮੰਗਵਾ ਸਕਦੇ ਹੋ। ਨਾਲੇ ਸਾਡਾ ਹੋਮ ਡਿਲੀਵਰੀ ਆਪਣੀ ਵੀ ਹੈਗੀ ਹੈ। ਅੱਛਾ, ਆਪਣੀ ਹੋਮ ਡਿਲੀਵਰੀ? ਆਪਣੀ ਹੋਮ ਡਿਲੀਵਰੀ ਉਹਦਾ ਵੀ ਥੋੜ੍ਹਾ ਪ੍ਰੋਸੈਸ ਦੱਸ ਦਿਓ ਥੋੜ੍ਹਾ ਜਿਹਾ। ਆਪਣੀ ਹੋਮ ਡਿਲੀਵਰੀ ਹੈ ਪਠਾਨਕੋਟ 'ਚ ਤਾਂ ਹੈ ਹੀ ਹੈ, ਨਾਲੇ ਪਠਾਨਕੋਟ ਦੇ ਆਊਟਸਕਰਟਸ ਜਿੰਨੇ ਸ਼ਹਿਰ ਹੈਗੇ ਆ, ਪਿੰਡ ਹੈਗੇ ਆ, ਅੱਛਾ, ਉੱਥੇ ਵੀ ਆਪਾਂ ਡਿਲੀਵਰ ਕਰ ਦਿੰਦੇ ਹਾਂ। ਮਤਲਬ ਕਿ ਪਠਾਨਕੋਟ ਡਿਸਟ੍ਰਿਕਟ ਦੇ ਏਰੀਆ ਇੱਕ ਤਰ੍ਹਾਂ ਤੋਂ ਅਸੀਂ ਕਹਿ ਸਕਦੇ, ਅਤੇ ਮਿਨੀਮਮ ਔਡਰ ਤੁਸੀਂ ਦੱਸ ਦਿਓ ਕਿੰਨੇ? ਮਿਨੀਮਮ ਔਡਰ ਆਪਣਾ 500 ਰੁਪਏ ਦਾ ਹੋਏ ਤਾਂ ਆਪਾਂ ਡਿਲੀਵਰ ਕਰ ਦਿੰਦੇ ਹਾਂ। 500 ਰੁਪੀਸ ਤੱਕ ਦਾ ਔਡਰ ਹੋਏ ਤਾਂ ਪਠਾਨਕੋਟ ਦੇ ਆਊਟਸਕਰਟਸ ਵਿੱਚ ਵੀ ਜਿਹੜੀ ਡਿਲੀਵਰੀ ਆ ਉਹ ਤੁਹਾਨੂੰ ਮਿਲ ਜਾਏਗੀ। ਅੱਛਾ ਵੀ, ਆ ਕੋਈ 1-2-3 ਐਸੀਆਂ ਆਈਟਮਸ ਜਿਹੜੀਆਂ ਇੱਥੇ ਆ ਕੇ ਕਸਟਮਰ ਜ਼ਰੂਰ ਟਰਾਈ ਕਰੇ? ਆਈਟਮਾਂ, ਇੱਕ ਤਾਂ ਸਰ ਮੇਰਾ ਜਿਹੜਾ ਕਾਠੀ ਰੋਲ ਹੈ, ਓਕੇ, ਇਹ ਬਹੁਤ ਅਲੱਗ ਹੈਗਾ। ਠੀਕ ਹੈ। ਅਤੇ ਜਿਹੜਾ ਬੰਦਾ ਮੇਰੇ ਕੋਲੋਂ ਖਾ ਕੇ ਗਿਆ, ਜਿਹੜਾ ਗੈਸਟ ਮੇਰੇ ਕੋਲ ਖਾ ਕੇ ਗਿਆ, ਉਹ ਮਤਲਬ ਦੁਬਾਰਾ ਆਇਆ ਮੇਰੇ ਕੋਲ ਕਿ ਬਿਲਕੁਲ ਅਲੱਗ ਹੈ। ਇੱਕ ਤੁਸੀਂ ਪੇਸਟਰੀ ਮੈਨੂੰ ਦੱਸ ਰਹੇ ਸੀ ਹੁਣੇ, ਉਹਦੇ ਬਾਰੇ ਵੀ ਦੱਸ ਦਿਓ ਤੁਸੀਂ ਕਸਟਮਰਸ ਨੂੰ। ਉਹ ਸਰ ਹੈਗੀ ਹੈ 3 ਮਿਸੂ ਦੇ ਨਾਮ ਤੋਂ ਹੈ, ਅਤੇ ਉਹ ਬਿਲਕੁਲ ਅਲੱਗ ਹੈ, ਕਿਸੇ ਕੋਲ ਪਠਾਨਕੋਟ 'ਚ ਹੈ ਵੀ ਨਹੀਂ ਹੈ, ਨਾਲੇ ਉਹਦਾ ਫਲੇਵਰ ਜਿਹੜੇ ਹੈਗੇ ਆ ਬਹੁਤ ਅਲੱਗ ਹੈਗੇ ਆ। ਚਲੋ, ਬਹੁਤ ਵਧੀਆ। ਹੁਣ ਸਾਡਾ ਵੀ ਖਾਣਾ ਠੰਡਾ ਹੋ ਰਿਹਾ ਸਾਹਮਣੇ ਪੇ, ਅਤੇ ਅਸੀਂ ਵੀ ਟਰਾਈ ਕਰਦੇ ਹਾਂ, ਅਤੇ ਤੁਹਾਨੂੰ ਦੱਸਦੇ ਹਾਂ ਵੀ ਸਹੀ ਮਾਇਨੇ ਵਿੱਚ ਫਲੇਵਰ ਸੁੱਧਾ ਦੇ ਹੈ ਜਿੱਦਾਂ ਦੇ ਕਹੇ ਜਾ ਰਹੇ ਹੈ ਜਾਂ ਨਹੀਂ। ਫੂਡ ਆਈਟਮਸ ਤਾਂ ਬਈ ਸਾਡੀਆਂ ਸਾਰੀਆਂ ਆ ਚੁੱਕੀਆਂ, ਅਤੇ ਇੱਕ ਸਾਡਾ ਰੈਡ ਸੌਸ ਪਾਸਤਾ, ਇਹ ਹੈ ਜੀ ਓਰੀਓ ਸ਼ੇਕ, ਬਲੂਬੈਰੀ ਸਮੂਦੀ ਅਤੇ ਡੈਥ ਬਾਏ ਚੌਕਲੇਟ। ਵੈਸੇ ਅਗਰ ਇਹਨਾਂ ਦਾ ਮੈਨਿਊ ਦੱਸਣ ਲਈ ਆਈਏ, ਇਹ ਇਹਨਾਂ ਦਾ ਇੱਕ ਮੈਨਿਊ ਹੈ ਔਰ ਇਹ ਇਹਨਾਂ ਦਾ ਦੂਸਰਾ ਕੇਕ ਮੈਨਿਊ ਹੈ। ਇਹ ਜੋ ਕਨਸੈਪਟ ਹੈ ਕੈਫੇ ਪਲੱਸ ਬੇਕਰੀ ਹੈ, ਤੁਹਾਨੂੰ ਬੇਕਰੀ ਆਈਟਮਸ ਵਿੱਚ ਬਿਸਕਿਟਸ, ਪੋਪਕੋਰਨਸ ਵੀ ਭਾਅ ਜੀ ਇਹਨਾਂ ਕੋਲ ਬੜੇ ਅਲੱਗ ਅਲੱਗ ਤਰੀਕੇ ਦੇ ਆ, ਪੀਨਟ ਬਟਰ। ਸਭ ਤੋਂ ਵਧੀਆ ਜਿਹੜੀ ਗੱਲ ਲੱਗੇ ਨਾ ਮੇਰੀ, ਜਿਹੜਾ ਕੇਕ ਐਟ ਦਾ ਟਾਈਮ, ਬਿਲਕੁਲ ਦੇਖੋ ਨਾ, ਹਰ ਘਰ ਅਰਜੈਂਟਲੀ ਚਾਹੀਦਾ ਹੁੰਦਾ ਵਾ ਕੇਕ। ਬਿਲਕੁਲ ਸਹੀ ਗੱਲ ਹੈ, ਠੀਕ ਹੈ ਨਾ। ਮੋਸਟਲੀ ਜੇਕਰ ਤੁਹਾਨੂੰ ਮਿਲਣਾ ਬੜਾ ਪੁਰਾਣਾ ਜਾਂ ਬਣਿਆ ਹੋਏਗਾ, ਕਿਉਂਕਿ ਇੱਕਦਮ ਤੋਂ ਕੋਈ ਬਣਾ ਕੇ ਨਹੀਂ ਸਕਦਾ, ਲੇਕਿਨ ਇਹ ਕਨਸੈਪਟ ਐਟ ਅ ਟਾਈਮ ਤੁਹਾਨੂੰ 7th Heaven 'ਤੇ ਮਿਲ ਸਕਦਾ ਵਾ। ਔਰ ਮਤਲਬ ਕਿ ਇਹਨਾਂ ਕੋਲ ਕੀ ਹੈ ਕਿ ਤੁਹਾਡੇ ਕੋਲ ਪੋਪਕੋਰਨਸ ਵੀ ਜਿਹੜੇ ਇਹਨਾਂ ਕੋਲ ਅਵੇਲੇਬਲ ਹੈ ਨਾ, ਪੀਨਟ ਬਟਰ ਵਾਲੇ ਪੋਪਕੋਰਨ ਹੈ, ਚੋਕਲੇਟ ਪੋਪਕੋਰਨ ਹੈ, ਪੀਰੀ ਪੀਰੀ ਮਸਾਲਾ ਪੋਪਕੋਰਨ ਹੈ। ਔਰ ਯਾਰ ਮੈਨਿਊ ਦੇਖੋ ਤੁਸੀਂ ਕਿੰਨਾ ਵੱਡਾ, ਕਿੰਨੀਆਂ ਆਈਟਮਸ ਅਵੇਲੇਬਲ ਹੈ, ਪੀਜ਼ਾ, ਡੈਜ਼ਰਟ, 15 ਤੋਂ ਉੱਪਰ ਆਈਟਮ ਇਹਨਾਂ ਕੋਲ, ਡੈਜ਼ਰਟਸ ਹੈ, ਹਾਂ ਮੇਨ ਡੈਜ਼ਰਟਸ ਕਿੰਨੀਆਂ, 10 ਆਈਟਮ ਇਹਨਾਂ ਕੋਲ ਕੇਕਸ ਦੀਆਂ, ਸਮੂਥੀ, 4-5 ਸਮੂਥੀ ਹੈ, ਮਗ ਕੇਕ ਵੀ ਹੈਗੀ ਇਹਨਾਂ ਕੋਲ, ਠੀਕ ਹੈ, ਮਿਲਕ ਸ਼ੇਕਸ ਹੈਗੇ ਆ, ਕਾਫੀ ਹੈਗੀ, ਰਿਫਰੈਸ਼ਰਸ ਹੈਗੇ, ਔਰ ਖਾਣ ਪੀਣ ਦੇ ਲਈ ਪਿੱਛੇ ਬਰਗਰਸ ਹੈਗੇ ਆ, ਪੀਜ਼ਾ, ਪਾਸਤਾ, ਗਾਰਲਿਕ ਬ੍ਰੈਡ ਵੀ ਅਵੇਲੇਬਲ ਹੈ, ਹੌਟ ਡੋਗ ਹੈਗਾ, ਸੈਂਡਵਿਚ ਹੈਗਾ। ਯਾਰ ਇਨ ਦਾ ਸੈਂਸ ਵੀ ਚਾਈਨੀਜ਼ ਵਿੱਚ ਸਭ ਕੁਛ ਹੈ, ਇੰਡੀਅਨ ਵਿੱਚ ਸਭ ਕੁਛ ਹੈ, ਔਰ ਅਤੇ ਵੀ ਵਰਜੀ ਸਾਰੇ ਹੈ। ਨਾਮ ਵੀ ਅਗਰ ਅਸੀਂ ਦੇਖੀਏ ਇਹਨਾਂ ਦੇ ਕਿੰਨੇ ਤਗੜੇ ਤਗੜੇ ਹੈਗੇ ਆ, ਉਹਨਾਂ ਇੱਕ ਟੋਸਟ ਦਾ ਨਾਮ ਹੈ ਮੁੰਬਈ ਸੇ ਆਇਆ ਮੇਰਾ ਟੋਸਟ, ਨਾਮ ਵੀ ਤੁਸੀਂ ਦੇਖ ਸਕਦੇ ਹੋ, ਬੜੇ ਵਧੀਆ ਵਧੀਆ। ਔਰ ਚਲੋ ਹੁਣ ਟਰਾਈ ਕਰਦੇ ਹਾਂ ਫੂਡ ਆਈਟਮਸ, ਤੁਹਾਨੂੰ ਦਿਖਾਉਂਦੇ ਹਾਂ। ਅਤੇ ਭਾਅ ਜੀ ਤੁਸੀਂ ਪਹਿਲੇ ਪੀਣ ਵਾਸਤੇ ਕਿਹੜੀ ਚੀਜ਼ ਤੁਸੀਂ ਲਓਗੇ ਜੀ? ਭਾਅ ਜੀ ਲਓ ਓਰੀਓ ਸ਼ੇਕ ਆ ਗਿਆ, ਮੈਂ ਤੁਹਾਨੂੰ ਦੋਨੋਂ ਟਰਾਈ ਕਰਕੇ ਦੱਸ ਦਾਂਗਾ ਕੋਈ ਗੱਲ ਨਹੀਂ। ਅਤੇ ਪਹਿਲੇ ਅਸੀਂ ਸਮੂਦੀ ਵੀ ਟਰਾਈ ਕਰਦੇ ਹਾਂ, ਖਾਣਾ ਵੀ ਬਾਅਦ 'ਚ ਉਹਦੇ ਪਾਸੇ ਆਵਾਂਗੇ। ਇਹ ਹੈ ਡੈਥ ਬਾਏ ਚੋਕਲੇਟ, ਔਰ ਭਾਅ ਜੀ ਗੁਲਾ ਓਰੀਓ। ਭਾਅ ਜੀ ਪਹਿਲੇ ਤੁਸੀਂ ਓਰੀਓ ਟਰਾਈ ਕਰੋ, ਚੇਅਰਸ ਕਰ ਲਈਏ, ਮੈਂ ਕਹਿੰਦਾ ਚੇਅਰਸ ਕਰ ਲਈਏ, ਬਿਲਕੁਲ ਕਰੋ ਟਰਾਈ ਕਰਕੇ ਦੱਸੋ ਬਾਈ। ਮੈਂ ਕਹਿੰਦਾ ਵਾ ਕਈ ਜਗ੍ਹਾ ਤਾਂ ਥਿੱਕ ਜਗ੍ਹਾ, ਬੜਾ ਥਿੱਕ ਉਹ ਚੀਜ਼ ਨਹੀਂ ਸਭ ਤੋਂ ਵੱਡੀ ਜਿਹੜੀ ਗੱਲ ਹੈ, ਠੀਕ ਹੈ।
ਮਿੱਠਾ ਬਿਲਕੁਲ ਬਰਾਬਰ ਹੈ, ਨਾ ਘੱਟ ਨਾ ਵੱਧ। ਸਹੀ ਮਾਇਨੇ 'ਚ ਸਹੀ ਮਾਇਨੇ 'ਚ ਜਿਹੜਾ ਮਿਲਕ ਸ਼ੇਕ ਹੈ ਤੁਸੀਂ ਪੀ ਸਕਦੇ ਹੋ। ਅਰੇ ਡੈਥ ਬਾਏ ਚੋਕਲੇਟ, ਵੈਸੇ ਵੀ ਜਿਹੜੇ ਚੋਕਲੇਟ ਲਵਰ ਆ ਉਹ ਵੀਡੀਓ ਨੂੰ ਲਾਈਕ ਕਰ ਦਿਓ, ਮੈਂ ਬਹੁਤ ਵੱਡਾ ਚੋਕਲੇਟ ਲਵਰ ਹਾਂ। ਅਤੇ ਪ੍ਰੈਪਰੇਸ਼ਨ ਤੁਹਾਨੂੰ ਇਹਦੀ ਦਿਖਾਈ ਸੀਗੀ ਅਸੀਂ ਡੈਥ ਬਾਏ ਚੋਕਲੇਟ ਦੀ। ਬਈ ਚੋਕਲੇਟ ਦਾ ਬਹੁਤ ਵਧੀਆ ਫਲੇਵਰ ਆ ਰਿਹਾ, ਵਿੱਚ ਆਈਸਕ੍ਰੀਮ ਵੀ ਪਾਈ ਦੀ ਆ, ਉਹਦਾ ਵੀ ਫਲੇਵਰ ਬਹੁਤ ਅੱਛਾ ਆ ਰਿਹਾ। ਇੱਕ ਪਰਫੈਕਟ ਸ਼ੇਕ ਜਿਹਨੂੰ ਕਹਿੰਦੇ ਨਾ, ਬਿਲਕੁਲ ਲਾਈਟ ਮਿੱਠੇ ਵਾਲਾ, ਬਿਲਕੁਲ ਜਾਣ ਕੇ ਥਿੱਕ ਨਹੀਂ ਹੈ ਯਾਰ, ਕਈਆਂ ਦੇ ਥਿੱਕ ਬੜੇ ਬਹੁਤ ਜ਼ਿਆਦਾ ਥਿੱਕ ਹੋ ਜਾਂਦੇ ਆ। ਮਿੱਠਾ ਵੀ ਐਕੂਰੇਟ ਹੈ, ਥਿਕਨੈਸ ਵੀ ਬਿਲਕੁਲ ਐਕੂਰੇਟ ਹੈ। ਅਤੇ ਇਹ ਜਿਹੜੀ ਸਮੂਦੀ ਹੈ ਮੈਂ ਹੁਣ ਇਹ ਟਰਾਈ ਕਰਾਂਗਾ, ਇਹ ਹੈ ਜੀ ਬਲੂਬੈਰੀ ਸਮੂਦੀ। ਬਈ ਮੈਂ ਤਾਂ ਪੀਂਦਾ ਨਹੀਂ, ਠੀਕ ਹੈ ਨਾ, ਆਹ ਚੀਜ਼ਾਂ ਨੂੰ ਬਈ ਅਗਰ ਤੁਸੀਂ ਬਲੂਬੈਰੀ ਦੇ ਲਵਰ ਹੋ, ਪਰਫੈਕਟ ਹੈ, ਬਿਲਕੁਲ ਥੋੜ੍ਹੇ ਥੋੜ੍ਹੇ ਹਲਕੇ ਹਲਕੇ ਇੱਦਾਂ ਲੱਗ ਰਹੇ, ਤਾਂ ਬਲੂਬੈਰੀ ਦੇ ਦਾਣੇ ਵੀ ਮਿੱਠੇ ਕੀ ਰਹਿੰਦੇ। ਬਹੁਤ ਹੀ ਵਧੀਆ ਸਮੂਦੀ ਜਿਹੜੀ ਹੈਗੀ ਆ ਨਾ, ਨਾਮ ਤੋਂ ਪਤਾ ਲੱਗ ਰਿਹਾ ਸਮੂਦ, ਔਰ ਬਹੁਤ ਜ਼ਿਆਦਾ ਸਮੂਦ ਹੈ। ਅਤੇ ਪਾਸਤਾ ਭਾਅ ਜੀ ਫਿਰ ਕਰੀਏ ਟਰਾਈ, ਦੇ ਨਾਲ ਦੱਸੀਏ ਫਿਰ ਹਾਂ ਆਓ ਫਿਰ ਲੱਗ ਗਿਆ ਉਹ, ਤੁਹਾਨੂੰ ਦਿਖਾਈਏ ਪਾਸਤਾ। ਅਸੀਂ ਜਿੱਦਾਂ ਕਿ ਦੇਖ ਸਕਦੇ ਪਾਸਤੇ ਵਿੱਚ ਭਾਅ ਜੀ ਦੱਸੋ ਕਿਹੜੀ ਕਿਹੜੀ ਸਬਜ਼ੀਆਂ ਦਿਖਾਈ ਦੇਣੀਆਂ ਤੁਹਾਨੂੰ। ਭਾਅ ਜੀ ਦੇਖੋ, ਅਨੀਅਨ, ਗ੍ਰੀਨ ਚਿੱਲੀ, ਕੈਪਸੀਕਮ, ਬੀਨਸ, ਅਤੇ ਬੀਨਸ ਦੇ ਨਾਲ ਉਹਨਾਂ ਨੇ ਬਾਅਦ ਵਿੱਚ ਪਾਇਆ ਸੀਗਾ ਚੀਜ਼, ਇਹਦੀ ਵੀ ਪ੍ਰੈਪਰੇਸ਼ਨ ਅਸੀਂ ਤੁਹਾਨੂੰ ਦੱਸੀ ਸੀਗੀ। ਅਤੇ ਹੁਣ ਭਾਅ ਜੀ ਟੇਸਟ ਕਰਕੇ ਤੁਹਾਨੂੰ ਦੱਸ ਦਿੰਦੇ, ਮੈਂ ਵੀ ਟੇਸਟ ਕਰਾਂਗਾ ਵੈਸੇ। ਬਟ ਟੈਂਗੀ ਫਲੇਵਰ, ਠੀਕ ਹੈ, ਜਿਹੜੇ ਨਾਲ ਆਪਣੀ ਸੀਕਰੇਟ ਸੌਸ ਹੈ ਪਾਸਤੇ ਦੀ, ਸਾਰੀ ਗੇਮ ਚੇਂਜਰ ਉਹੀ ਹੈ, ਗੇਮ ਚੇਂਜਰ ਉਹੀ ਹੈ। ਅਤੇ ਜਿਹੜੀ ਚੀਜ਼ ਹੈ, ਚੀਜ਼ ਨੇ ਸਾਰੀ ਗੇਮ ਹੀ ਚੇਂਜ ਕਰਤੀ ਵਿੱਚੋਂ। ਵੈਸੇ ਨੋਰਮਲੀ ਅਗਰ ਮੈਂ ਦੱਸਾਂ, ਮੈਂ ਵਾਈਟ ਸੌਸ ਪਾਸਤਾ ਦਾ ਲਵਰ ਹਾਂ, ਪਰ ਇਸ ਤੋਂ ਪਹਿਲੇ ਮੈਂ ਰੈੱਡ ਸੌਸ ਪਾਸਤਾ ਜਿਹੜਾ ਨਾ ਉਹ ਮਿਕਸ ਸੌਸ ਖਾਧਾ ਸੀਗਾ। ਵੈਸੇ ਮਿਕਸ ਸੌਸ ਸੀਗਾ ਉਹ, ਨੋਵੈਲਟੀ ਮੌਲ ਦਾ, ਮੈਨੂੰ ਬੜਾ ਵਧੀਆ ਲੱਗਿਆ ਸੀ, ਦੇਖਦੇ ਹਾਂ ਇਹ ਕਿੱਦਾਂ ਦਾ ਹੈ। ਇਸ ਪਾਸਤਾ ਨੇ ਨਾ ਮੈਨੂੰ ਮੇਰੀ ਯੂਨੀਵਰਸਿਟੀ ਟਾਈਮ ਦੀ ਯਾਦ ਕਰਵਾ ਦਿੱਤੀ। ਸਾਡੀ ਯੂਨੀਵਰਸਿਟੀ ਵਿੱਚ ਵੀ ਰੈੱਡ ਸੌਸ ਪਾਸਤਾ ਜਿਹੜਾ ਮਿਲਦਾ ਹੁੰਦਾ ਸੀਗਾ, ਮੈਂ DAV ਯੂਨੀਵਰਸਿਟੀ ਪੜ੍ਹੇ ਦਾ, ਬੜਾ ਹੀ ਅਲਟੀਮੇਟ ਹੁੰਦਾ ਸੀ। ਔਰ ਇਹ ਵੀ ਇਹ ਮੈਨੂੰ ਹੁਣ ਵਾਈਟ ਸੌਸ ਪਾਸਤਾ ਤੋਂ ਰੈੱਡ ਸੌਸ ਪਾਸਤਾ ਵਾਲੀ ਸਾਈਡ ਕਨਵਰਟ ਕਰਨ ਵਾਲਾ ਪਾਸਤਾ ਸੀ, ਲੇਕਿਨ ਜ਼ਬਰਦਸਤ ਖਾਣਾ ਬਣਦਾ ਵਾ, ਬਹੁਤ ਇਹ ਮਸਟ ਰੀਕਮੈਂਡ ਹੈ, ਤੁਸੀਂ ਦੇਖ ਸਕਦੇ ਹੋ, ਹੱਥ ਨਹੀਂ ਰੁਕ ਰਿਹਾ, ਇੰਨਾ ਵਧੀਆ ਆਈਟਮ। ਬਈ ਹੁਣ ਆ ਚੁੱਕਾ ਜੀ ਸਾਡਾ ਇਹ ਕਾਠੀ ਰੋਲ, ਮਿਕਸ ਵੈੱਜ ਹੈ ਵੈਸੇ, ਇਹਦੇ ਵਿੱਚ ਅਗਰ ਦੇਖੀਏ ਅਸੀਂ ਤਾਂ ਕੈਰਟ, ਹਾਂ ਕੈਰਟ ਨਜ਼ਰ ਆ ਰਹੀ ਹੈ, ਥੋੜ੍ਹਾ ਜਿਹਾ ਚੀਜ਼ ਹੈ, ਪਨੀਰ ਹੈ, ਟਰਾਈ ਕਰਕੇ ਦੇਖਦੇ ਹਾਂ। ਡਿਫਰੈਂਟ ਕਾਠੀ ਰੋਲ ਹੈ, ਬਾਕੀ ਜਿਹੜੇ ਕਾਠੀ ਰੋਲ ਹੈ ਉਸ ਤੋਂ ਬਹੁਤ ਅਲੱਗ ਚੀਜ਼ ਹੈ ਭਾਈ, ਮੈਨੂੰ ਤਾਂ ਕ੍ਰਿਸਪੀ ਲੱਗ ਰਿਹਾ ਬਾਹਰੋਂ, ਜਿਹੜੀ ਸੁਪਰ ਕ੍ਰਿਸਪੀ ਲੱਗ ਰਿਹਾ, ਸੁਪਰ ਕ੍ਰਿਸਪੀ। ਟਰਾਈ ਕਰਦੇ ਹਾਂ ਇਹਨੂੰ ਪਹਿਲੇ ਗ੍ਰੀਨ ਚਟਨੀ ਦੇ ਨਾਲ। ਸੁਪਰ ਡੁਪਰ ਕ੍ਰਿਸਪੀ ਚੀਜ਼ ਹੈ, ਬੜਾ ਅੱਛਾ ਸਨੈਕ ਹੈ, ਬਾਹਰੋਂ ਕ੍ਰਿਸਪੀ ਅਤੇ ਅੰਦਰੋਂ ਬਿਲਕੁਲ ਸੌਫਟ। ਜਿੰਨੀ ਬਾਹਰੋਂ ਕ੍ਰਿਸਪੀ ਨੂੰ ਹੈ ਨਾ, ਉਨਾ ਹੀ ਅੰਦਰੋਂ ਸੌਫਟ, ਔਰ ਬੜਾ ਵਧੀਆ ਸਨੈਕਸ ਹੈ ਯਾਰ, ਮਤਲਬ ਕਿ ਪਾਸਤਾ ਤਾਂ ਮਸਟ ਟਰਾਈ ਹੈ ਹੀ ਸੀਗਾ, ਇਹਨਾਂ ਦੇ ਕਾਠੀ ਰੋਲ ਵੀ ਇੱਕ ਮਸਟ ਟਰਾਈ ਆਈਟਮ ਹੈ। ਦੇਖਣ ਨੂੰ ਤੁਹਾਨੂੰ ਸਪਰਿੰਗ ਰੋਲ ਟਾਈਪ ਲੱਗ ਰਿਹਾ ਹੈਗਾ, ਬਟ ਟੇਸਟ ਸਪਰਿੰਗ ਰੋਲ ਵਰਗਾ ਨਹੀਂ, ਬਹੁਤ ਅਲੱਗ ਆਈਟਮ ਹੈ, ਔਰ ਮੈਨੂੰ ਨਹੀਂ ਲੱਗਦਾ ਸਿਟੀ ਵਿੱਚ ਇਹੋ ਜਿਹੀ ਕੋਈ ਹੋਰ ਆਈਟਮ ਕੋਈ ਹੋਰ ਬੰਦਾ ਸਰਵ ਕਰਦਾ ਹੈਗਾ। ਲੁੱਕ ਵਾਈਜ਼ ਸਪਰਿੰਗ ਰੋਲ, ਲੇਕਿਨ ਆ ਕਾਠੀ ਰੋਲ, ਔਰ ਟੇਸਟ ਬਿਲਕੁਲ ਡਿਫਰੈਂਟ। ਇਸ ਤੋਂ ਪਹਿਲਾਂ ਜਿਹੜਾ ਕੈਮਰਾਮੈਨ ਪਿੱਛੇ ਵੀ ਹੋਸ਼ ਹੋ ਜੇ, ਹਾਂ ਥੱਕ ਗਿਆ ਵਿਚਾਰਾ, ਉਹਨੂੰ ਵੀ ਭੁੱਖ ਲੱਗ ਰਹੀ ਹੈ। ਅਸੀਂ ਵੀਡੀਓ ਨੂੰ ਕਰਦੇ ਹਾਂ ਐਂਡ, ਅਤੇ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਉ, ਚੈਨਲ ਨੂੰ ਕਰ ਦਿਉ ਸਬਸਕ੍ਰਾਈਬ, ਅਤੇ ਵੱਧ ਤੋਂ ਵੱਧ ਕਰ ਦਿਉ ਸ਼ੇਅਰ। ਜੇ ਤੁਹਾਡਾ ਲਾਗੇ ਤਾਂ ਵੀ ਕੋਈ ਇੱਦਾਂ ਦੀ ਵਧੀਆ ਜਿਹੀ ਪਲੇਸ ਹੈ ਤਾਂ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ, ਅਤੇ ਆਪਣਾ ਵੈਲਿਊਏਬਲ ਫੀਡਬੈਕ ਦੇਣਾ ਨਾ ਭੁੱਲਣਾ, ਅਤੇ ਮਿਲਦੇ ਹਾਂ ਤੁਹਾਨੂੰ ਅਗਲੀ ਕਿਸੇ ਵਧੀਆ ਜਿਹੀ ਵੀਡੀਓ ਦੇ ਵਿੱਚ। ਟਿਲ ਦੈਨ, ਬਾਏ ਬਾਏ।